ਵਿੱਚ ਵਸਦੇ ਮਹਿਲ ਉਜਾੜੇ ਲਾਲਚ ਧਰਮ ਗੁਆਵੇ ਪਾਈਆਂ ਕੋਲੋਂ ਪਾਈ ਆਪਣਾ ਲਾਲਚ ਕਤਲ ਕਰਾਵੇ राम करे है मुलुक्का भाई सत श्री अकाल वीरी सत श्री अकाल भाई हो ठीक ठाक हां जी वीरी तुसी ठीक हो हां आ ले भाई मैं क्या जी सुनदे हो आ देखो मेरा मुलुक्का भाई आया है बेबे ठीक है हां भाई सब ठीक ठाक सत श्री अकाल भाई सत श्री अकाल भाई सत श्री अकाल राम करे तू बाई ली चाह बना ठीक है जी मैं चाह बना के लेके आउनी है तुसी बैठो आजा भाई हो ठीक है बढ़िया जी बढ़िया जी लैन कदों आऊंगे छेती आ जूंगा मेरा केड़ा जी लगना तेरे बिना आ जियो छेती किते मेरा वेखी जावा जी मेरा भी नहीं लगना ओ आ जूंगा छेती घबराउनी क्यों है ओ चल आजा भाई रामो आ जांदे जांदे तरकाला पै जानियां ने ਘਰੇ ਟਾਈਮ ਨਾਲ ਪਹੁੰਚਦੇ ਹੋਈ ਆਪਾਂ ਚੰਗਾ ਵੀ ਕੇਰ ਸਿਆ ਚੱਲਦੇ ਆ ਚੰਗਾ ਬਾਈ ਧਿਆਨ ਨਾਲ ਜਾਇਓ ਠੀਕ ਆ ਬਾਈ ਚੰਗਾ ਆਰਾਮ ਕਰੇ ਖਿਆਲ ਰੱਖੀ ਆਪਣਾ ਤੁਸੀਂ ਵੀ ਆਪਣਾ ਖਿਆਲ ਰੱਖਣਾ ਰੋਟੀ ਟਾਈਮ ਨਾਲ ਖਾ ਲੈਣਾ ਹਾਂ ਖਾ ਲੂੰਗਾ ਚੱਲ ਆ ਜਾ ਭਾਈ ਆ ਬਹਿ ਸਾਈਕਲ ਤੇ ਹਾਣੇ ਜ਼ਿਲ੍ਹੇ ਦੀ ਸੁਣਾਵਾਂ ਵਾਰਤਾ ਜਿੱਥੇ ਇੱਕ ਸੱਸ ਨੇ ਜੁਆਈ ਮਾਰਤਾ ਕੇਰ ਸਿੰਘ ਪਤੀ ਜੱਟੀ ਰਾਮ ਕੌਰ ਦਾ ਵੱਡਤਾ ਗੰਡਾਸੇ ਨਾਲ ਗਲ ਪੌਰਦਾ ਚੰਗਾ ਬਈ ਮਲੂਕ ਸਿਆ ਚੰਗਾ ਰਾਮ ਕੌਰੇ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਠੀਕ ਹੋ ਤੁਸੀਂ ਸੁਣਾਓ ਤੁਸੀਂ ਠੀਕ ਹੋ ਹਾਂ ਪੁੱਤ ਕਿੰਨੀ ਲਿੱਸੀ ਹੋ ਗਈ ਦੇਖੀ ਨਹੀਂ ਬੇਬੇ ਉੱਦਾਂ ਦੀ ਤਾਂ ਹੈਗੀ ਆ ਤੁਹਾਨੂੰ ਉਹੀ ਲੱਗੀ ਜਾਂਦਾ ਕੀ ਗੱਲ ਸਹੁਰੇ ਰੋਟੀ ਰੋਟੀ ਨਹੀਂ ਦਿੰਦੇ ਤੂੰ ਬੈਠ ਪੁੱਤ ਮੈਂ ਤੇਰੇ ਲਈ ਚਾਹ ਪਾਣੀ ਬਣਾ ਕੇ ਲਿਆਉਂਦੀ ਹਾਂ ਠੀਕ ਹੈ ਬੇਬੇ ਆ ਬੇਬੇ ਵੀ ਨਾ ਖਾਮ ਖਾ ਫਿਕਰ ਕਰਦੀ ਰਹਿੰਦੀ ਤੇਰਾ ਉਹ ਕੁੜੀਆਂ ਦੀ ਫਿਕਰ ਤਾਂ ਹੁੰਦੀ ਹੈ ਨਾ ਵੀਰੇ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਵੀਰੇ ਹੋਰ ਪ੍ਰਾਹੁਣਾ ਠੀਕ ਹੈ ਹਾਂਜੀ ਵੀਰੇ ਉਹ ਤਾਂ ਠੀਕ ਨੇ ਤੁਸੀਂ ਸੁਣਾਓ ਤੁਸੀਂ ਠੀਕ ਹੋ ਸਭ ਵਧੀਆ ਤੂੰ ਸੁਣਾ ਉਹ ਬੂਟੇ ਉਹ ਹਰਾ ਵੱਢ ਲਿਆ ਸੀ ਨਾ ਵੀਰੇ ਵੱਢ ਕੇ ਨਹੀਂ ਲਿਆਂਦਾ ਚੱਲ ਫਿਰ ਚੱਲੀਏ ਪਹਿਲਾਂ ਹਰਾ ਹੀ ਵੱਢ ਕੇ ਲਿਆਈਏ ਬਾਕੀ ਗੱਲਾਂ ਫੇਰ ਕਰਾਂਗੇ ਚਲੋ ਚੱਲ ਆ ਜਾ ਆ ਜਿਓ ਛੇਤੀ ਉਹ ਆ ਜਾਊਂਗਾ ਛੇਤੀ ਤੂੰ ਘਬਰਾਉਣੀ ਕਿਉਂ ਹੈ ਲੈ ਪੁੱਤ ਰੋਟੀ ਖਾ ਲਾ ਠੀਕ ਹੈ ਬੇਬੇ ਬੈਠੋ ਰਾਮ ਕੌਰ ਤੇਰਾ ਖਿਆਲ ਤਾਂ ਰੱਖਦਾ ਪੁੱਤ ਪ੍ਰਾਹੁਣਾ ਹਾਂਜੀ ਬੇਬੇ ਉਹ ਤਾਂ ਬਹੁਤ ਖਿਆਲ ਰੱਖਦੇ ਨੇ ਪਰ ਤੁਸੀਂ ਕਿਉਂ ਪੁੱਛ ਰਹੇ ਹੋ ਬਸ ਪੁੱਤ ਉੱਦਾਂ ਹੀ ਪੁੱਛਿਆ ਸੀ ਲਿੱਸੀ ਹੋ ਗਈ ਪੁੱਤ ਕਾਹਨੂੰ ਬੇਬੇ ਪਹਿਲਾਂ ਵਰਗੀ ਤਾਂ ਬਹੁਤੀਆਂ ਗੱਲਾਂ ਨਾ ਮਾਰ ਪੁੱਤ ਤੂੰ ਰੋਟੀ ਖਾ ਠੀਕ ਹੈ ਬੇਬੇ ਮੈਂ ਰੋਟੀ ਖਾਂਦੀ ਹਾਂ ਰਾਮ ਕੁਰੇ ਪੁੱਤ ਤੈਨੂੰ ਕੁਛ ਟੂਮ ਟੱਲਾ ਨਹੀਂ ਪਾਇਆ ਆ ਸੂਟ ਵੀ ਉਹੀ ਆਪਣੇ ਵਾਲਾ ਗਹਿਣੇ ਵੀ ਉਹੀ ਨੇ ਪੁੱਤ ਆਪਣੇ ਵਾਲੇ ਉਹਨਾਂ ਨੇ ਕੁਛ ਨਹੀਂ ਪਾਇਆ ਤੈਨੂੰ ਇਹ ਤਾਂ ਉਹੀ ਨੇ ਪੁੱਤ ਆਪਣੇ ਵਾਲੇ ਆ ਸੂਟ ਵੀ ਉਹੀ ਪਾਈ ਫਿਰਦੀ ਹਾਂ ਤੂੰ ਕੇਰ ਸਿਓ ਨੇ ਸੂਟ ਨਹੀਂ ਲੈ ਕੇ ਦਿੱਤਾ ਕਦੇ ਕੋਈ ਪੁੱਤ ਨਾ ਕੋਈ ਟੂਮ ਪੁੱਤ ਨਾ ਕੋਈ ਹੱਥਾਂ 'ਚ ਨਾ ਪੈਰਾਂ 'ਚ ਨਾ ਕੋਈ ਸੂਟ
ਮੈਨੂੰ ਤਾਂ ਪੁੱਤ ਨੰਗ ਹੀ ਲੱਗਦੇ ਨੇ ਉਹ। ਨਹੀਂ ਬੇਬੇ ਜੀ, ਉਹ ਤਾਂ ਮੈਨੂੰ ਬਹੁਤ ਪਿਆਰ ਕਰਦੇ ਨੇ। ਨਾ ਪੁੱਤ, ਪਿਆਰ ਨਾਲ ਜ਼ਿੰਦਗੀ ਨਹੀਂ ਲੰਘਦੀ ਹੁੰਦੀ। ਗਹਿਣਾ ਗੱਟਾ ਤਾਂ ਔਰਤ ਦੀ ਸ਼ਾਨ ਹੁੰਦੀ ਆ, ਆਉਣ ਦੇ ਲੈਣ। ਮੈਂ ਕਰੂੰਗੀ ਗੱਲ ਉਹਨਾਂ ਨਾਲ। ਬੇਬੇ ਤੂੰ ਵੀ ਨਾ ਕਿਹੜੀਆਂ ਗੱਲਾਂ ਲੈ ਕੇ ਬੈਠ ਗਈ। ਮੈਂ 4 ਦਿਨ ਲਈ ਰਹਿਣ ਆਈ ਹਾਂ, ਤੂੰ ਵੀ ਨਾ ਬਸ ਮੇਰੀ ਰੋਟੀ ਤਾਂ ਖਾ ਲੈਣ ਦੇ। ਚੱਲ ਕੋਈ ਨਾ, ਤੂੰ ਰੋਟੀ ਖਾ ਪੁੱਤ, ਰੋਟੀ ਖਾ। ਕਿਹੜੇ ਘਰੇ ਆ ਬਾਈ? ਓਏ ਓ ਲੈ, ਓ ਕਿਵੇਂ ਆ ਕੇਰ ਸਿਆ? ਓ ਆ ਵੀ ਚਾਚਾ। ਓ ਕੀ ਗੱਲ, ਵਿਆਹ ਕਰਾ ਕੇ ਵੀ ਝਾੜੂ ਲਾਈ ਜਾਂਦਾ? ਓ ਰਾਮ ਕੌਰ ਗਈ ਹੋਈ ਹੈ ਨਾ ਪੇਕੇ, ਉਹਦਾ ਭਾਈ ਲੈਣ ਆਇਆ ਸੀ। ਅੱਛਾ ਅੱਛਾ ਅੱਛਾ। ਹੋਰ ਚਾਚਾ ਠੀਕ ਆ? ਹਾਂ ਹਾਂ ਠੀਕ ਆ। ਆ ਜਾ ਬਹਿ ਜਾ। ਚਾਚੀ ਠੀਕ ਆ? ਹਾਂ ਹਾਂ ਠੀਕ ਆ। ਕਹਿ ਰਿਹਾ ਮੈਂ ਕੱਲ ਨੂੰ ਲੈ ਆਊਂਗਾ, ਬਸ ਲੋਹੀ ਪਾਰਟੀ ਨੂੰ ਚਲਾ ਜਾਊਂਗਾ ਤੇ ਟਿੱਕੀ ਸ਼ੀਪੀ ਤੋਂ ਆ ਜਾਊਂਗਾ। ਅੱਛਾ, ਕੱਲ ਨੂੰ ਫਿਰ ਲੈ ਆਈ? ਤੇਰੀ ਚਾਚੀ ਨੇ ਸੁਨੇਹਾ ਲਾਇਆ ਵੀ ਰਾਮ ਕੌਰ ਅਰ ਕੇਰੇ ਨੂੰ ਰੋਟੀ ਕਰਨੀ ਆਪਾਂ ਨੇ। ਉਹ ਵਿਆਹ ਤੋਂ ਬਾਅਦ ਸ਼ਗਨ ਵਿਹਾਰ ਹੁੰਦਾ ਹੈ। ਹਾਂ ਹਾਂ ਚਾਚਾ, ਲੈ ਆਊਂਗਾ ਕੱਲ ਨੂੰ। ਹਾਂ ਮੈਂ ਇਸ ਵਕਤ ਹੀ ਚਲਾ ਜਾਊਂਗਾ। ਮੈਂ ਚਾਹ ਬਣਾਉਣਾ। ਓ ਨਾ ਨਾ, ਚਾਹ ਤਾਂ ਮੈਂ ਪੀ ਕੇ ਆਇਆ। ਤੂੰ ਬਹੁ ਨੂੰ ਲਿਆ, ਫਿਰ ਘਰਾਂ ਆ ਜਾਇਓ। ਚੰਗਾ? ਹਾਂ ਚੰਗਾ ਚਾਚਾ। ਠੀਕ ਆ ਸ਼ੇਰਾ। ਹੋਰ ਆ ਜਾਇਓ ਛੇਤੀ, ਕਿਤੇ ਮੈਂ ਰਾਹ ਵੇਖੀ ਜਾਵਾਂ। ਜੀ ਮੇਰਾ ਵੀ ਨਹੀਂ ਲੱਗਣਾ। ਉਹ ਆ ਜਾਊਂਗਾ ਛੇਤੀ, ਤੂੰ ਘਬਰਾਉਣੀ ਕਿਉਂ ਹੈ? ਇੱਕ ਮੇਰੀ ਅੱਖ ਕਾਸ਼ਣੀ, ਦੂਜਾ ਰਾਤ ਦਿਓ ਨੀਂਦ ਰੇ ਨੇ ਮਾਰਿਆ। ਸ਼ੀਸ਼ੇ ਨੂੰ ਤਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ। ਨੀਕ ਮੇਰੀ ਅੱਖ ਕਾਸ਼ਣੀ। ਆ ਕੀ ਰਾਮੋ, ਪੁੱਤ ਤੂੰ ਹੁਣੇ ਤਿਆਰ ਹੋਣ ਲੱਗ ਗਈ? ਪਤਾ ਨੀ ਕਹਿ ਰਹੇ ਨੇ ਅੱਜ ਆਉਣਾ ਕਿ ਕੱਲ? ਨਾ ਨਾ ਬੇਬੇ, ਅੱਜ ਹੀ ਆਉਣਾ। ਮੈਂ ਸੋਚਿਆ ਹੁਣੀ ਤਿਆਰ ਹੋ ਕੇ ਬਹਿ ਜਾਵਾਂ, ਫਿਰ ਪਤਾ ਨਹੀਂ ਟਾਈਮ ਲੱਗਣਾ ਕਿ ਨਹੀਂ ਲੱਗਣਾ। ਨਾਲੇ ਬੇਬੇ ਬਾਈ ਹੁਣੀ ਕਿੱਥੇ ਨੇ? ਕਿਉਂ, ਉਹਨਾਂ ਨੂੰ ਕੀ ਕਹਿਣਾ ਤੂੰ? ਬੇਬੇ ਉਹਨਾਂ ਨੇ ਪਹਿਲਾਂ ਫੇਰਾ ਮੈਨੂੰ ਲੈਣ ਆਉਣਾ, ਉਹਨਾਂ ਨੂੰ ਰੋਟੀ ਪਾਣੀ ਨਹੀਂ ਖਵਾਉਣਗੇ। ਨਹੀਂ ਆ ਜਾਂਦੇ ਨੇ, ਖੇਤ ਗਏ ਹੋਣੇ ਆ। ਆ ਸੂਟ ਤਾਂ ਪੁੱਤ ਤੋਂ ਵਿਆਹ ਵਾਲਾ ਹੀ ਪਾਈ ਫਿਰਦੀ ਆ। ਤੇਰੇ ਸਹੁਰਿਆਂ ਨੇ ਤੈਨੂੰ ਕੱਖ ਨਹੀਂ ਦਿੱਤਾ? ਨਾ ਕੋਈ ਟੂਮ ਪਾਈ, ਨਾ ਕੋਈ ਜੁੱਤੀ ਜੋੜਾ, ਨਾ ਕੋਈ ਸੂਟ, ਨਾ ਗਹਿਣਾ ਗੱਟਾ। ਨਾ ਨਾ ਬੇਬੇ, ਹੁਣ ਲੈ ਲਾਂਗੇ ਨਵੇਂ ਕੱਪੜੇ। ਉਹ ਕਹਿੰਦੇ ਜਦੋਂ ਤੂੰ ਆਏਂਗੀ ਨਾ, ਹੁਣ ਤੂੰ ਆਪਣੇ ਮਨਪਸੰਦ ਦਾ ਜਿਹੜਾ ਮਰਜ਼ੀ ਸੂਟ ਲੈ ਲਵੀਂ। ਮੇਰੀ ਗੱਲ ਸੁਣ ਲਾ ਰਾਮ ਕੁਰੇ, ਮੈਂ ਤੈਨੂੰ ਆਏ ਨਹੀਂ ਤੋਰਨਾ ਪੁੱਤ ਉੱਥੇ। ਕੇਰ ਸਿਓ ਨਾਲ ਸਾਰੀ ਗੱਲ ਖੋਲ ਕੇ ਤੋਰੂ ਮੈਂ। ਬੇਬੇ ਗੱਲ ਤਾਂ ਸੁਣ ਜਾ ਬੇਬੇ। Thank you.
बल्ले भी कह रहा वो कह रहा चले सोरे भाई। हाँ चाचा चले अज मैं राम कौर नू कहा थी भी मस्या तो दुए दिन आऊंगा। ठीक है हाँ उसे नू लेके आना। चल ठीक है भाई जाया फिर। हाँ ले आ। चंगा चाचा नड़ा याद रखी। हाँ और तेरी चाची रोटी पानी करूगी। हाँ हाँ आ जाओ है। चल ठीक है जा। चंगा चाचा। चंगा भाई। बढ़िया केर सुंदा घर बस गया रब सब दे बसावे। चल बढ़िया कीता तू आ गया भाई केर से बूटे आ लिया भाई पानी धानी प्रौना आया। ना भाई ना पानी धानी की खेचड़ा ना करो पहली बथेरा कबेड़ा हो गया। अब पहली बथेरा कबेड़ा हो गया मैनू नाले जे हूं लेके तुरूंगा ता कि आथन तक पहुंचूंगा। केर से ऐदा नहीं तोरनी कुड़ी किसे गल नाल तोरूं। की गल होगी बेबे कोई गलती होगी मेथों मैं तो राम कौर नू लैण आया। ना मैनू आए दस ब्याह वेले तो नाई कहिंदा सी आ भी करांगे ओ भी करांगे सारा कुछ करांगे ना करिया किया तुसी वे सोने दी टूम तो दूर दी गल थोड़े तो राम कौर नू चांदी दा छल्ला तक ना सरिया। ओहो बीबी मैं उनू कहा थी भी अपनी मर्जी दे ले ली तू जे मेरी बेबे ज्यौंदी हुंदी तां लख शगन करदी उहदे मैनू ये गल्लां दा पता नहीं तां करके। मैनू बहुतियां गल्लां दा नहीं पता जिन्ना चिर मेरी कुड़ी नू गहना गट्टा सोने दे टूम छल्ले पूरी बरी जुत्ती जोड़ा नहीं ना लेके दिंदा ओना चिर मैं कुड़ी नहीं तोरनी। बेबे मैनू कुछ भी नहीं चाहिए जो कुछ भी चाहिए होगा मैं आपे उत्थे जाके ले लूंगी। नहीं तो चुप करनी तेनू नहीं चाहिए मैनू तो चाहिए वे मलुकिया लेके जाए नू उधर समझा इनू। तू चल कुड़िए उधर चल चल। वीरे मेरी गल तो सुन ले। ओ तू चल उधर चल। मेरी गल सुन ला केर सिया जे तू राम कौर नू लेके जाना ना धर 5000 मेरे हाथ ते। 5000 इन्ने पैसे बीबी मेरे कोल किथे। चल फिर राम कौर नू भी ओदो ही लैन आई हुण जदो तेरी जेब च कुछ होऊगा। सस नू केर सिंह समझावे पैरी हाथ बुढ़ी दे लावे साडा कम बिगड़दा जावे सुनी कर गौर नू तोर दे अमारी मेरी राम कौर नू। वीरे वीरे मेरी गल तो सुन ले। इत्थे खड़ तू चुप करके हले कल जम्मी है ते सानू मता दिनी है गल सुन मेरी ध्यान नाल ओए उन्हां दे है की है ओ बेबे तेरे भले दी गल कर रही है भुखी मरेंगी भुखी उदों तां ओह नाई भी ना एडियां एडियां गल्लां करदा सी केर सिंह आए सणे दे कख नहीं करे। वीरे ओंदे वर्गा बंदा मैनू किते भी नहीं मिलना। ओ तैनू नहीं पता सानू पता भी उन्हां कोले की है ते की नहीं इत्थे बह जा चुप करके भुखी मरेंगी उत्थे। वीरे हर एक चीज विच पैसा तो नहीं आता ना। ओ तैनू की पता कमलीए तू साडे नालों वध सियाणी है अज दे टाइम च पैसा कम आउंदा पैसा तू इत्थे बह जा आराम नाल। वीरे मैनू सब पता लग गया तुसी सारे पैसे नू प्यार करदे हो। वीरे 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 ओ केरा गया बहू नू लैण के नहीं। ओ गया होया तड़के मिलिया थी मैनू कहिंदा थी मैं लैके आऊंगा ओ करा रोटी भी करी हुई है साडे घरदिआं ने लाणेदार नहीं कहिंदी नवा नवा ब्याह होया केरे दा भी आपां रोटी करांगे। अच्छा अच्छा चलो वधिया भाई घर वसदा हो गया होर हैं आ केरा नहीं आउंदा ओए। हाँ है तां केरा ही इह तां खाली मुड़िया आउंदा ओ केरिया ओ खाली मुड़िया ना बहु नहीं लियांदी की गल हो गई ओए के तोरियो ही नहीं लै मेरे यार दसदा जा कुछ लगा ले कोई कोई गल हो गई होनी मैं पुछ के ना पुछ क्या ए सोरा खाली उतरे आउंदा कितने लड़ लुड़ के तो नहीं आ गया पर नहीं नहीं
ਗਿਰ ਸਿਆ ਚਾਚਾ ਖੈਰ ਸੁੱਖਾ ਭਾਈ ਕਿੱਥੇ ਬਹੂ ਕੀ ਸੋਚੀ ਜਾਂਦਾ ਲਿਆਇਆ ਨੀ ਬਹੂ ਨੂੰ ਚਾਚਾ ਮੇਰੀ ਸੱਸ ਨੇ ਤੋਰਿਆ ਨੀ ਅੱਜ ਰਾਮ ਕੌਰ ਨੂੰ ਤੋਰਿਆ ਨੀ ਕਿਉਂ ਤੋਰਿਆ ਕਾਹਤੋਂ ਨੀ ਜੇ ਤੋਰਨਾ ਨੀ ਤੀ ਫਿਰ ਵਿਆਹੀ ਕਾਹਤੋਂ ਸੀ ਚੱਲ ਮੈਨੂੰ ਲੈ ਕੇ ਚੱਲ ਦੇਖਦੇ ਹਾਂ ਕਿਵੇਂ ਨੀ ਤੋਰਦੇ ਉਹ ਉਹਨੇ ਕਿਹਾ ਵੀ ਤੁਸੀਂ ਬਰੀ ਜੀ ਕੁਝ ਨਹੀਂ ਦਿੱਤਾ ਉਹ ਕਹਿੰਦੀ ਨਵੇਂ ਸੂਟ ਟੂਮਾ ਅਤੇ ਨਕਦ ਪੈਸੇ ਲੈ ਕੇ ਆ ਜੇ ਰਾਮ ਕੌਰ ਨੂੰ ਨਾਲ ਲੈ ਕੇ ਜਾਣਾ ਤਾਂ 5000 ਦੀ ਸ਼ਰਤ ਰੱਖਤੀ ਚਾਚਾ ਯਾਰਾ ਕੋਈ ਬੰਦੇ ਵਾਲੀ ਗੱਲ ਆ ਉਹ ਸਾਰੀ ਉਮਰ ਕਮਾਉਣੇ ਦੀ ਪੈਸੇ ਤਾਂ ਅਰ ਬਹੂ ਨੇ ਹੰਢਾਣੇ ਦੀ ਤੇਰੀ ਸੱਸ ਵਾਲੀ ਤਾਂ ਜਮੇ ਹੱਦ ਹੋ ਗਈ ਬਾਈ ਚਾਚਾ ਮੈਂ ਸੋਚ ਲਿਆ ਮੈਂ ਪੈਸੇ ਕਮਾਊਂਗਾ ਅਤੇ ਰਾਮ ਕੌਰ ਨੂੰ ਮੈਂ ਆਪਣੇ ਘਰ ਲੈ ਕੇ ਆਊਂਗਾ ਕੀ ਰਿਹਾ ਜੇ ਤਾਂ ਪੈਸੇ ਕਮਾਉਣੇ ਨੇ ਨਾ ਫਿਰ ਤੂੰ ਐਂ ਕਰ ਫਿਰੋਜ਼ਪੁਰ ਭਰਤੀ ਚੱਲ ਰਹੀ ਹੈ ਪੁੱਤ ਮੈਂ ਤਾਂ ਕਹਿੰਦਾ ਚੁੱਪ ਕਰਕੇ ਜਾ ਕੇ ਭਰਤੀ ਹੋ ਜਾ ਹਾਂ ਚਾਚਾ ਇਹੀ ਠੀਕ ਰਹੂ ਜੇ ਤੂੰ ਕਹਿੰਦਾ ਮੈਂ ਛੱਡਾਂਗਾ ਤੈਨੂੰ ਨਹੀਂ ਨਹੀਂ ਚਾਚਾ ਤੂੰ ਘਰੇ ਰਹਿ ਮੈਂ ਆਪੇ ਚਲਾ ਜਾਊਂਗਾ ਚੱਲ ਚੰਗਾ ਭਾਈ ਆਪਣਾ ਖਿਆਲ ਰੱਖੀ ਭੇਜ ਦੂੰਗਾ ਚਾਚਾ ਹੈਂ ਸੁੱਖ ਸੁਨੇਹਾ ਭੇਜ ਦੀ ਜਾ ਕੇ ਚੰਗਾ ਚਾਚਾ ਹਾਂ ਚੰਗਾ ਚੰਗਾ ਕੇਰ ਸਿਆ ਹੁਣ ਉੱਦਾਂ ਹੀ ਸਹੁਰੇ ਜਾਈ ਜਿੱਦਾਂ ਤੇਰੇ ਕੋਲ ਚੰਗੇ ਪੈਸੇ ਹੋਣਗੇ ਰਾਮ ਕੌਰ ਲਈ ਟੂਮਾ ਨਵੇਂ ਸੂਟ ਅਤੇ ਜੁੱਤੀ ਹੋਊਗੀ ਫਿਰ ਦੇਖਦਾ ਕਿਵੇਂ ਨਹੀਂ ਤੋਰਦੇ ਰਾਮ ਕੌਰ ਨੂੰ ਮੇਰੇ ਨਾਲ ਨੀ ਕਿਉਂ ਰੋਈ ਜਾਨੀ ਆ ਆਜੂਗਾ ਬੇਬੇ ਤੂੰ ਮੈਨੂੰ ਤੋਰਿਆ ਕਿਉਂ ਨਹੀਂ ਪਤਾ ਨਹੀਂ ਕਿੱਦਾਂ ਹੋ ਕਿਸ ਹਾਲ 'ਚ ਹੋ ਮੇਰੇ ਬਿਨਾਂ ਤਾਂ ਉਹਦਾ ਜੀ ਵੀ ਨਹੀਂ ਲੱਗਦਾ ਬੇਬੇ ਆ ਮਲੁੱਕੇ ਵੀਰ ਨੂੰ ਕਹਿ ਨਾ ਕਿ ਮੈਨੂੰ ਉੱਥੇ ਛੱਡ ਆਵੇ ਰਾਮੋ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਉਹੀ ਲੈਣ ਆਊਗਾ ਤੇ ਜਦੋਂ ਆਊਗਾ ਨਾ ਪੂਰਾ ਸਿੱਧਾ ਹੋ ਕੇ ਆਊਗਾ ਤੂੰ ਹਲੇ ਨਿਆਣੀ ਆ ਰਾਮੋ ਬਾਲੜੀ ਆ ਤੈਨੂੰ ਹਲੇ ਚੰਗੇ ਬੁਰੇ ਦੀ ਕੋਈ ਸਮਝ ਨਹੀਂ ਆ ਮੈਂ ਜੋ ਕੀਤਾ ਤੇਰੇ ਭਲੇ ਲਈ ਕੀਤਾ ਪਰ ਬੇਬੇ ਜੇ ਉਹਨਾਂ ਕੋਲ ਇੰਨੇ ਗਹਿਣੇ ਗੱਟੇ ਤੇ ਪੈਸੇ ਨਾ ਜੁੜੇ ਫੇਰ ਜਿਹੜਾ ਬੰਦਾ ਤੇਰੇ ਲਈ ਇੰਨਾ ਨਹੀਂ ਕਰ ਸਕਦਾ ਉਹ ਤੈਨੂੰ ਕੀ ਦਊਗਾ ਭੁੱਖੀ ਮਰੇਗੀ ਭੁੱਖੀ ਉੱਥੇ ਬੇਬੇ ਠੀਕ ਕਹਿੰਦੀ ਆ ਰਾਮੋ ਉਹ ਜਿਹੜਾ ਬੰਦਾ ਤੇਰੇ ਵਾਸਤੇ ਚੱਜ ਦਾ ਸੂਟ ਨਹੀਂ ਸਵਾ ਸਕਦਾ ਆ ਤੇਰੇ ਪੈਰਾਂ ਨੂੰ ਜੁੱਤੀ ਨਹੀਂ ਲੈ ਸਕਦਾ ਤੇਰੇ ਵਾਸਤੇ ਗਹਿਣੇ ਨਹੀਂ ਲੈ ਸਕਦਾ ਉਹ ਤੇਰੀ ਜ਼ਿੰਦਗੀ ਕੀ ਸਵਾਰੂ ਨਾਲੇ ਕੀ ਕਰੇਗੀ ਤੂੰ ਉੱਥੇ ਜਾ ਕੇ ਉਹ ਮੈਂ ਤਾਂ ਕਹਿੰਦਾ ਪਹਿਲਾਂ ਨਾਈ ਦੇ ਛਿੱਤਰ ਫੇਰੀਏ ਜਿਹੜਾ ਕੇਰ ਸਿੰਘ ਦਾ ਰਿਸ਼ਤਾ ਲੈ ਕੇ ਆਇਆ ਸੀ ਰਾਮੋ ਵਾਸਤੇ ਚੱਲ ਕੁੜੀਏ ਨਹਾ ਧੋ ਲੈ ਕੀ ਹਾਲ ਬਣਾ ਰੱਖਿਆ ਆਪਣਾ ਚਲੋ ਵੇ ਤੁਸੀਂ ਉਹ ਨਾਈ ਨੂੰ ਲਿਆਓ ਫੜ ਕੇ ਜਿਹਨੇ ਝੂਠ ਬੋਲ ਕੇ ਰਿਸ਼ਤਾ ਲਿਆਂਦਾ ਸੀ ਚਲੋ ਬੂਟੇ ਆ ਜਾ ਬੋਲੀ ਜਦੋਂ ਸੱਸ ਨੇ ਮਾਰੀ ਫਿਰ ਕੀ ਕੇਰ ਸਿੰਘ ਦੇ ਆਰੀ ਬਣ ਕੇ ਬਿਸਤਰ ਕਰੀ ਤਿਆਰੀ ਉਹਨੇ ਕਥਾ ਕਰਦੀ ਹੋ ਗਿਆ ਫਿਰੋਜ਼ਪੁਰ ਜਾ ਕੇ ਫਰਦੀ
आ गया पैसे जट कमा के पूरे 5000 बचा के टूमा गहने सूट बना के सोरी पैरी पा गया राम कौर जट्टी नू सिलैन आ गया। बीबी तुसी कहा सी ना भी जदों तक राम कौर लई नवीं टूमा नवे सूट ते नवी जुत्ती नहीं लैके आउंदा। आ लो इहदे च टूमा भी ने ते नकद पैसे भी ने ते राम कौर दे सूट भी ने उहनू मेरे नाल तोड़ दो। अच्छा पैसे बे पुत्त तू इत्थे का तो खड़ा चल अंदर बे मलूकिया बे मलूकिया बे बुटिया बे पुत्त बे मंजे ते चादर बिछाओ वे अपना केड़ से आया आजा पुत्त आजा। आजा पुत्त आजा बह जा। आओ जी बैठो। सत श्री अकाल जी। सत श्री अकाल फौजी साहब बैठो। है पुत्त देखा ता ए सारा सोने दा। हाँ बीबी सोने दा ही है पूरा साल नौकरी करके आया फौज च केर से पूरी मौज कीती लगदे फौज च। हाँ बे बूटे जा पानी लेके आ ठंडा जाके। बेबे पानी रहन दो तुसी राम कौर नू बुला दो। बे तू नौकरी किथे कीती सी। इथो जाके मैं सीधा फिरोजपुर फौज च भर्ती हो गया सी। अच्छा हुण मैं एक महीने दी छुट्टी आया नाले आ साल दी तनखा कठी करके सब तेरे मूहरे हाजर है। आ सारा कुछ राम कौर लई खरीदया मैं उन्हूं बुलाता सही नी रामो आ देखता सही कौन आया केरा आया तेनू लैण। बे पुत्त शर्मा गई ओहो। बे पुत्त तू बैठ मैं तेरे लिए नींबू पानी बना के लियानी आ। ओ बूटे ओ लिया पानी हुण आ लो जी पानी लो। आ ले जीजा पानी। होर जीजा ठीक हाँ। मैं ता ठीक हाँ तुसी सुनाओ ठीक ठाक हो। ओ चंगे साले हो तुसी मैनू पूरे साल च याद भी करया कि नहीं। लाए असी तो तेनू किन्ने चिट्ठियां लिखियां और रब जाने तेनू मिली पता ही नहीं। और रामो ने तो रो रो बुरा हाल कर रखा ही तेरे बिना। वो रोज कहनी थी बाई मलूके चिट्ठी पा दे बाई मलूके चिट्ठी पा दे। हैं असी तो तेनू तड़के हथने रोज याद करते सी। ओ साले हुण सिरती बैठे रहोंगे कोई खाण पीण दा इंतजाम कर लिया। ओ हाँ हाँ ओ लियाने ओ चल बूटे चला चलीए करिए इंतजाम। आ गए जी तुसी। सत श्री अकाल जी। सत श्री अकाल। किवें आराम करे। मैं ठीक हाँ तुसी ठीक हो। बस तेरे सामने आ मैं ना तेनू लैन आया तू गदक तैयार हो जा। आ देख तेरे लिए किन्ना कुछ लेके आया इहदे च टूमा ने 5 सूट ने ते नवी जुत्ती आ 10,000 रुपये नकदी आ ये सब कुछ तेरा तू मेरे नाल चल जा तैयार हो जा। सच्ची। हाँ 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 मैं हुणी तैयार होके आनी आ। बेबे बेबे। हाँ पुत्त। बेबे आ देखो केयर से हो मेरे लिए किन्ना कुछ लेके आया है। अच्छा अच्छा कोई ना ती है तेरे लिए लेके आया सारा कुछ। बेबे मैं एक सूट हुणी पाला। कोई ना पुत्त तड़के जान वेले पा ली एक सूट। चल तू आए कर मेरे जवाई वास्ते रोटी पानी तैयार कर। ठीक है बेबे आलू तुसी इसनु संभाल के रखो। ठीक है ले पुत्त आ गहने नाले पैसे तेरी मानता साम के रखे नू। तू ही सांवला बेबे जदों मैं सवेरे जाऊंगा उदों मैनू फड़ा दी
सांभ के रख दे। ठीक है बे पुत्त मलूकिया, बे पी मैं के करो जाके दारू फाड़ लियो पुत्त, मेरे जमाई दी सेवा च कोई कासर नहीं रहनी चाहिए दी। अले बेबे मैं तो तेरे बिना कही क्या नहीं फड़ दे, तू ऐ कर तू गंडे गुंडे चीर ला ते मैं बहना केर सिंह कोले, ले भी बूटे तू बेबे नाल कम कम करा दे हैं, फिर बहने आपा। ठीक है पैसे देख जुहाई कोले नाले सोना 70 तोले रास्ते बुड़ी गंडासा टोले दाग लाता सस ने कुत्ता तो जुहाई ऐना सोना ऐना पैसा सोच दी कि यहाँ बगेल कुरे ये सारा कुछ तेरा हो सकता, बस केर से उन टकाने लाना पैना। बे मलूकिया उरे आओ बे। हाँ बेबे की कहनी है। गल सुन बे मेरी, प्रौना जिन्नी दारू पींदा उन्नी पलाओ। क्यों बेबे आज कोई खास गल? बे तू तो डंगर आ, बे आ देख बे इन्ना पैसा नगद 70 तोले दिया टुम्मा ने आ कपड़े जुत्ती होर निकशुक बे आ सारा अपना हो सकदा। तू फिकर ना कर बेबे, केर से उनू पूरा टल्ली कर देंगे। अज प्रौना जिंदा नहीं बचना चाहिदा। कोई ना बेबे तू फिकर ना कर, आए करो आ फड़ो गंडा सी बे किसे नु पता ना लग जाए आसे पासे। हाँ तू भी सुन ला बे। फिकर ना कर बेबे, किसे भी गल दी भाफ नहीं निकलनी, पर केर सिंह इत्थों निकल जी सदा सदा वास्ते, उठे चल। बेबे आ की कहनी है तू, तेरा दिमाग ता नहीं खराब हो गया? मेरे सिर दा साई आहो, नाले हुन ता उन्हें तेरे सारी शर्तां भी पूरी करतियां। नहीं मैं तेनू किसे खांदे पींदे तकड़े करे बहूंगी, नहीं एहदा की आ, अज नौकरी हैगी आ कल नू है नी। ना बेबे मेरे सिर दे साई नाल ऐ ना कर। मैं केयर से उन्हें छड़ के किते और भी आने करावांगी। बेबे मेरे ते एड्डा जुलम ना कर, सारे गहने तू रख ले, मैं आपे उन्हें कह दूंगी, बस मेरा केयर से मेरी चोली पा दे। नहीं तेनो बड़ा पता आई बड़ी। बे बुट्टे बे मलूके इन्हों बंद करो उधर। बेबे वो तू है तो की कर दे, चल उधर चल। बेबे मेरे छोड़ दे मेनू, मेरे क्योर से बिना कुछ भी नहीं बनना। तू चुप करके खड़ जा। मेरे 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 सुहाग ना उजाड़ो। पहनी पहनी हूँ खड़ी हो गड़े, मेरे सुहाग ना उजाड़ो। हाड़ा वीरे कुछ ता तरस कर मेरे ते वीरे, मेरे क्यों मार रहे हो? मेरे कान फोड़ कान खोल के ये बड़ी चैजा की थी है ना, हम मार के गंडासी तेनू भी केर सिंह दे नाले तोड़ दूं। चल अंदर चल। वीरे मैं उन्हें हुनी इत्थो ले जांदी आ, उन्हें माफ कर दो वीरे, मैं उन्हें हुनी ले जाऊंगी। तू चल तू इत्थे खड़ा रही, ओए मैं देखना केर सिंह नूं जाके। हाँ भी प्रौने होर दस की सेवा करिए, वो बेबे ने कहा भी जमाई भाई की सेवा च कोई कसर ना रह जाए। ना ना कसर की रहेगी, बथेरी पीली अजे कितने फुल हो गया जीजा, अजे तो रोटी भी खानी है। ना ना रोटी की लोड़ नहीं, हूँ दारू इन्नी पीली, तड़की देखांगे रोटी का। ओ ना ना प्रौने, ओ रोटी तो खानी पैनी है,
ਉਹ ਰਾਮੋ ਨੇ ਬਣਾਈ ਆ ਆਪਣੇ ਹੱਥਾਂ ਨਾਲ ਬੜੇ ਪਿਆਰ ਨਾਲ ਬਣਾਈ ਆ ਤੇਰੇ ਵਾਸਤੇ ਅੱਛਾ ਰਾਮ ਕੌਰ ਨੇ ਬਣਾਈ ਆ ਫਿਰ ਤਾਂ ਖਾਵਾਂਗੇ ਮੰਗਾ ਲਾ ਉਹ ਉੱਠਿਆ ਜਾ ਐਂ ਕਰ ਉਹ ਜਾ ਰੋਟੀ ਲਿਆ ਪਵਾ ਕੇ ਮੈਂ ਲਿਆਉਣਾ ਜੀ ਉਹ ਲਿਆ ਪਵਾ ਲਿਆ ਲੈ ਐਂ ਕਰ ਫਿਰ ਹੈ ਆਹ ਲੈ ਆਹ ਗਲਾਸ ਫੜਾ ਮੈਨੂੰ ਇੱਕ ਤਾਂ ਬਣਦਾ ਇੱਕ ਤਾਂ ਹੁਣ ਲਾਉਣੇ ਪਊ ਬਾਈ ਛੋੜਾ ਬਾਈ ਛੋੜਾ ਉਹ ਸੋਹਣੇ ਆ ਪ੍ਰਾਹੁਣੇ ਆ ਆ ਨਾਲੇ ਜਾਂਦੀ ਵਾਰੀ ਪੀ ਲਾ ਤੂੰ ਕਿਹੜਾ ਰੋਜ਼ ਪੀਣੀ ਆ ਪਾਣੀ ਤਾਂ ਪਾ ਦੇ ਲੈ ਪਾਣੀ ਪਾ ਦਿੰਦੇ ਉਹ ਹੁਣ ਪੜਿਆਉਣ ਨੂੰ ਕੀ ਲੱਗਿਆ ਪਹਿਲਾਂ ਪੜਿਆ ਤਾਂ ਲੈ ਖਿੱਚ ਫਿਰ ਲੈ ਬਾਈ ਇਹ ਤਾਂ ਹੋ ਗਿਆ ਚਿੱਤ ਹੁਣ ਪਾਉਂਦੇ ਹਾਂ ਅਗਲੀ ਕਾਰਵਾਈ ਨਹੀਂ ਪਤਾ ਨਹੀਂ ਉਹਨਾਂ ਨੇ ਦਾਰੂ ਪਿਆਈ ਆ ਕਿ ਨਹੀਂ ਟੱਲੀ ਹੋਇਆ ਹੋਣਾ ਜਾਂ ਨਹੀਂ ਬੇ ਮਲੁਕਿਆ ਬੇ ਕੀ ਬਣਿਆ ਵੇ ਬਣਨਾ ਕੀ ਹੈ ਬੇਬੇ ਕਰਤਾ ਕੇਰ ਦਾ ਘੋਗਾ ਜਿੱਤ ਹੁਣ ਤਾਂ ਸਾਹਮਣੇ ਨੋਟਾਂ ਵਾਲਾ ਬੈਗ ਅਲਮਾਰੀ 'ਚ ਹੁਣ ਉਹਨੂੰ ਚੱਕੀ ਬੈਠੀ ਹੈ ਬੇ ਵਧੀਆ ਕੀਤਾ ਹੁਣ ਆਏ ਕਰੋ ਤੁਸੀਂ ਸੁੱਤੇ ਪਏ ਨੂੰ ਵੱਢ ਕੇ ਨਾ ਟੋਆ ਪੱਟ ਕੇ ਇੱਥੇ ਦੱਬ ਦਿਓ ਕਿਸੇ ਨੂੰ ਪਤਾ ਨਾ ਲੱਗੇ ਵੀ ਕੇਰ ਸਿਓਂ ਉਰੇ ਆਇਆ ਸੀ ਬੇਬੇ ਆ ਰਾਮੋ ਦਾ ਕੀ ਕਰੇਗੀ ਉਹਨੇ ਸਾਰੀ ਗੱਲ ਸੁਣ ਲਈ ਉਹਨੇ ਪਿੰਡ 'ਚ ਰੌਲਾ ਪਾ ਦੇਣਾ ਅਤੇ ਬਦਨਾਮੀ ਹੋ ਜਾਣੀ ਆ ਆਪਣੀ ਜੇ ਗੱਲ ਉੱਡ ਗਈ ਨਾ ਵੀ ਇਹਨਾਂ ਨੇ ਆਪਣਾ ਜਵਾਈ ਮਾਰਤਾ ਆਪਾਂ ਮਾਰੇ ਜਾਵਾਂਗੇ ਗੱਲ ਥਾਣੇ ਕਚਹਿਰੀਆਂ ਤੱਕ ਜਾਊ ਬੇ ਡਰੋ ਨਾ ਬੇ ਕੁਛ ਨਹੀਂ ਹੁੰਦਾ ਮੈਂ ਇੰਨੇ ਰੁਪਈਏ ਤੇ ਟੂਮਾ ਆਏ ਨਹੀਂ ਆਪਦੇ ਹੱਥੋਂ ਜਾਣ ਦਿੰਦੀ ਬੇ ਮਲੋਕਿਆ ਬੇ ਪੁੱਤ ਤੂੰ ਜਾ ਕੇ ਦੇਖ ਜੇ ਸੁੱਤਾ ਪਿਆ ਤਾਂ ਨਮੇੜ ਦੋ ਕੰਮ ਚੱਲ ਠੀਕ ਆ ਬੇਬੇ ਤੂੰ ਰੁਪਈਏ ਸਾਂਭ ਮੈਂ ਕੇਰ ਸਿੰਘ ਨੂੰ ਸਾਂਭਦਾ ਨਾਲੇ ਗੱਲ ਸੁਣ ਆ ਰਾਮੋ ਨਾ ਜਾਏ ਇੱਧਰ ਬੇ ਨਹੀਂ ਆਉਣ ਦਿੰਦੀ ਹੋ ਗਿਆ ਲੈ ਵਿਕੇਰ ਸਿਆ ਆਪਣਾ ਇੰਨਾ ਕੀ ਸਾਥ ਸੀ ਮਲੂਕਾ ਕਹਿੰਦੇ ਮੈਨੂੰ ਮਲੂਕਾ
बेबे बेबे किथे है तू मेरे मेरे बार तो खोल दे रब दा वास्ता तुहानू केर सिंह नू कुछ ना कहियो केर सिंह नू छड़ दो मेरी पावे जान ले लो मेरे केर सिंह नू कुछ ना कहना बेबे अब बुट्टिया तू ही खोल दे दरवाजा खोल तो दरवाजा कोई तो आके कुंडा खोलो कोई तो दरवाजा खोल दो रोला राम कौर ने पाया मेरा केर सिंह मरवाया आके पुलिस बुढ़ी नू ढाया लोगों की खटिया लोभ ने तरीके वाले कर पटिया लोभ ने जलाल वाले कर पटिया हाय मैं मर गई की हो गया तुहानू बेबे लुकिया किथे है तू फिर पैसे दे ना बेड़ा मेरा सुहाग गुजारता मैं तुहाडा की माड़ा किता सी फिर तुसी किहो जिहे भाई हो एडे लालची मैनू पता नहीं सी कि मेरी बेबे इन्नी लालची है एक तो सिर्फ पैसे पीछे मेरा सुहाग गुजारता हाय रब्बा